2018 ਦੇ ਵਿੱਚ ਮੈਂ ਮਿਸਿਸ ਪੰਜਾਬ ਵਿੱਚ ਹਿੱਸਾ ਲਿਆ ਸੀ। ਉਸ ਸਫ਼ਰ ਨੂੰ ਜੇ ਅੱਜ ਸੋਚਦੀ ਹਾਂ ਤਾਂ ਕੁਝ ਸਤਰਾਂ ਮੇਰੇ ਚਿੱਤ ਵਿੱਚ ਆਈਆਂ ਨੇ ਜੋ ਇਸ ਤਰ੍ਹਾਂ ਨੇ। ਮਿਸਿਸ ਪੰਜਾਬ ਇੱਕ ਸਫ਼ਰ ਜੋ ਸਿਫਰ ਤੋਂ ਆਨੰਦ ਤੱਕ, ਮਿਸਿਸ ਪੰਜਾਬ ਇੱਕ ਕਹਾਣੀ ਅਣਦਿਖੀਆਂ ਅਣਜਾਣੀਆਂ ਦੀ, ਮਿਸਿਸ ਪੰਜਾਬ ਹੈ ਸਜਦਾ ਹਰ ਸਾਦਗੀ ਦੀ ਮੂਰਤ ਨੂੰ, ਮਿਸਿਸ ਪੰਜਾਬ ਹੈ ਸਜਦਾ ਹਰ ਸੁੰਦਰਤਾ ਦੀ ਮੂਰਤ ਨੂੰ, ਮਿਸਿਸ ਪੰਜਾਬ ਹੈ ਕਹਾਣੀ ਬਿਨਾਂ ਤਾਜ ਰਾਣੀਆਂ ਦੀ, ਮਿਸਿਸ ਪੰਜਾਬ ਹੈ ਕਹਾਣੀ ਝਾਂਸੀ ਦੀਆਂ ਰਾਣੀਆਂ ਦੀ, ਮਿਸਿਸ ਪੰਜਾਬ ਇੱਕ ਗੀਤ ਮਾਸੂਮੀਅਤ ਦੇ ਗਾਉਣ ਲਈ, ਮਿਸਿਸ ਪੰਜਾਬ ਇੱਕ ਰਚਨਾ ਤੁਰ ਅੰਦਰ ਤੱਕ ਜਾਣਨ ਲਈ, ਮਿਸਿਸ ਪੰਜਾਬ ਉਹ ਔਰਤ ਜੋ ਸੱਚ ਦੇ ਲਈ ਖੜੀ ਹੈ, ਮਿਸਿਸ ਪੰਜਾਬ ਉਹ ਔਰਤ ਜੋ ਅਣਖ ਸਿਦਕ 'ਤੇ ਅੜੀ ਹੈ, ਮਿਸਿਸ ਪੰਜਾਬ ਉਹ ਸਫਲਤਾ ਜੋ ਆਪਣੇ ਸਿਰ 'ਤੇ ਮਿਲਦੀ ਹੈ, ਮਿਸਿਸ ਪੰਜਾਬ ਉਹ ਮੁਕਾਮ ਜੋ ਖੁਦ ਮੁਖਤਿਆਰ ਕਰਦਾ ਹੈ, ਮਿਸਿਸ ਪੰਜਾਬ ਉਹ ਰੂਹ ਜੋ ਤਲਵਾਰ ਦੀ ਧਾਰ 'ਤੇ ਤੁਰਦੀ ਹੈ, ਮਿਸਿਸ ਪੰਜਾਬ ਉਹ ਸੂਰਤ ਜੋ ਰੌਸ਼ਨੀਆਂ ਤੋਂ ਬਣਦੀ ਹੈ, ਮਿਸਿਸ ਪੰਜਾਬ ਉਹ ਸੱਚ ਜੋ ਸਾਡੇ ਸਭਨਾਂ ਦੇ ਵਿੱਚ ਵੱਸਦਾ ਹੈ, ਮਿਸਿਸ ਪੰਜਾਬ ਉਹ ਪੰਛੀ ਜੋ ਆਪਣੀ ਰਾਖ ਤੋਂ ਮੁੜ ਆਪ ਜਨਮ ਲੈਂਦਾ ਹੈ, ਮਿਸਿਸ ਪੰਜਾਬ ਉਹ ਜਿੱਤ ਹਾਰ ਜੋ ਹਾਰਦੀ ਹਾਰਦੀ ਜਿੱਤਦੀ ਹੈ, ਮਿਸਿਸ ਪੰਜਾਬ ਉਹ ਨਾਚ ਜੋ ਰੂਹ ਦਾ ਰੂਹ ਨਾਲ ਹੁੰਦਾ ਹੈ, ਮਿਸਿਸ ਪੰਜਾਬ ਉਹ ਰੰਗ ਜੋ ਸੱਤ ਰੰਗਾਂ ਤੋਂ ਬਣਿਆ ਹੈ, ਮਿਸਿਸ ਪੰਜਾਬ ਉਹ ਔਰਤ ਜੋ ਮਰਦ ਦੇ ਬਰਾਬਰ ਖੜੀ ਹੈ, ਮਿਸਿਸ ਪੰਜਾਬ ਉਹ ਮੇਲ ਜੋ ਰੌਸ਼ਨੀਆਂ ਦਾ ਹੋਇਆ ਹੈ, ਮਿਸਿਸ ਪੰਜਾਬ ਉਹ ਗਿਆਨ ਜੋ ਗਿਆਨੀ ਨੂੰ ਪਾਉਂਦਾ ਹੈ, ਮਿਸਿਸ ਪੰਜਾਬ ਉਹ ਤਾਜ ਜੋ ਤਾਜਾਂ ਤੋਂ ਵੀ ਸੋਹਣਾ ਹੈ, ਮਿਸਿਸ ਪੰਜਾਬ ਉਹ ਹਾਰ ਜੋ ਜਿੱਤ ਤੋਂ ਵੀ ਸੋਹਣੀ ਹੈ, ਮਿਸਿਸ ਪੰਜਾਬ ਉਹ ਹਾਰ ਜੋ ਜਿੱਤ ਤੋਂ ਵੀ ਸੋਹਣੀ ਹੈ। ਅ ਪੋਇਮ ਬਾਏ ਰਾਜਵੀਰ ਹਰਪ੍ਰੀਤ ਸਿੱਧੂ।